ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਦੇ ਕਹਿਰ ਦੇ ਮੱਦੇਨਜ਼ਰ ਬੀਤੇ ਦਿਨਾਂ ਤੋਂ ਬੰਦ ਪਏ ਬੈਂਕਾਂ ਕਾਰਨ ਜਨਤਾ ਨੂੰ ਆ ਰਹੀ ਦਿੱਕਤ ਨੂੰ ਮੁੱਖ ਰੱਖਦਿਆਂ ਅੱਜ ਜੰਡਿਆਲਾ ਗੁਰੂ ਵਿਖੇ ਬੈਂਕ ਖੁੱਲ੍ਹਣ ਤੋਂ ਬਾਅਦ ਜਨਤਾ ਨੇ ਸੁੱਖ ਦਾ ਸਾਹ ਲਿਆ ਤੇ ਬੈਂਕਾਂ ਦੇ ਬਾਹਰ ਸਵੇਰ ਤੋਂ ਹੀ ਲੋਕ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ। ਲੋਕਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਪੁਲਿਸ ਟਾਊਨ ਇੰਚਾਰਜ ਚਰਨ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਕਿਹਾ ਅਤੇ ਹਦਾਇਤਾਂ ਅਨੁਸਾਰ ਲਾਈਨਾਂ ਲਗਵਾਈਆਂ। ਇਸ ਦੇ ਨਾਲ ਹੀ ਬੈਂਕ ਕਰਮਚਾਰੀਆਂ ਨੇ ਵੀ ਮਿੱਥੇ ਸਮੇਂ ਦੇ ਬੈਂਕਾਂ ਵਿੱਚ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਬੈਂਕ ਕਰਮਚਾਰੀਆਂ ਵੱਲੋਂ ਪੂਰਾ ਅਹਤਿਆਤ ਰੱਖਿਆ ਜਾ ਰਿਹਾ ਹੈ ਤੇ ਬੈਂਕ ਵਿੱਚ ਦਾਖਲ ਹੋਣ ਵਾਲਿਆਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜੋ ਬੈਂਕਾਂ ਨੂੰ ਰਾਹਤ ਦਿੱਤੀ ਗਈ ਕਿ ਉਹ ਲੋਕਾਂ ਨੂੰ ਕੁਝ ਪੈਸੇ ਮੁਹੱਈਆ ਕਰਾ ਸਕਣ ਦੇ ਮੱਦੇਨਜ਼ਰ ਅੱਜ ਦਿਨ ਤੋਂ ਹੀ ਬੈਂਕਾਂ ਬਾਹਰ ਭਾਰੀ ਰੱਖ ਵੇਖਣ ਨੂੰ ਮਿਲਿਆ। ਪਤਾ ਲੱਗਦਾ ਸਾਰ ਹੀ ਟਾਊਨ ਇੰਚਾਰਜ ਜੰਡਿਆਲਾ ਗੁਰਚਰਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸੋਸ਼ਲ ਡਿਸਟੈਂਸ ਬਾਰੇ ਜਾਣਕਾਰੀ ਦਿੱਤੀ ਅਤੇ ਲਾਈਨਾਂ ਲਵਾ ਕੇ ਲੋਕਾਂ ਨੂੰ ਆਪੋ ਆਪਣੇ ਕੰਮ ਜਲਦੀ ਤੋਂ ਜਲਦੀ ਨਿਪਟਾਉਣ ਲਈ ਕਿਹਾ ਗਿਆ। ਹੁਣ ਅਸੀਂ ਖੜ੍ਹੇ ਹਾਂ SBI ਦੀ ਬ੍ਰਾਂਚ ਦੇ ਬਾਹਰ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿੱਦਾਂ ਲੰਬੀਆਂ ਕਤਾਰਾਂ ਵਿੱਚ ਫਿਰ ਤੋਂ ਹੀ ਪੈਸੇ ਲੈ ਲਈ ਖੜ੍ਹੇ ਅਤੇ ਆਪਣਾ ਜਿਹੜਾ ਕਾਰੋਬਾਰ ਚਲਾਉਣ ਲਈ ਆਪਣਾ ਗੁਜ਼ਾਰਾ ਕਰਨ ਲਈ ਪੈਸੇ ਕਢਾ ਰਹੇ। ਸਾਡੇ ਗਾਉਣ ਵਿੱਚ ਪਤਾ ਲੱਗਿਆ ਵੀ ਬੈਂਕਾਂ ਖੁੱਲ੍ਹ ਗਈਆਂ ਵਾ, ਬੈਂਕਾਂ ਖੁੱਲ੍ਹਣ ਕਰਕੇ ਬਹੁਤ ਰਸ਼ ਪੈ ਗਿਆ ਜੀ। ਹੁਣ ਮੌਕੇ 'ਤੇ ਪਹੁੰਚ ਕੇ ਕੰਟਰੋਲ ਕੀਤਾ ਵਾ, ਇਹਨਾਂ ਨੂੰ ਲੋਕਾਂ ਨੂੰ ਲਾਈਨਾਂ ਲਵਾ ਦਿੱਤੀਆਂ ਵਾ, ਵਿਹਲਾ ਵਿਹਲਾ ਕਰ ਦਿੱਤਾ ਗਿਆ ਵਾ ਅਤੇ ਹਦਾਇਤ ਕੀਤੀ ਗਈ ਆ ਵੀ ਇੱਕ ਦੂਜੇ ਤੋਂ ਪਛਾਣ ਰਹੋ, ਕੋਈ ਵੀ ਮਾੜੇ ਗਰੀਬ ਚੰਗਾ ਅਮੀਰ ਜਿਹੜਾ ਵਾ ਨਾ ਲੈਣ ਵਿੱਚ ਲੱਗ ਕੇ ਪੈਸੇ ਲਵੇਗਾ। ਇਹ ਨਹੀਂ ਕੋਈ ਸਿੱਧਾ ਬੈਂਕ ਵਿੱਚ ਜਾ ਕੇ ਤਕੜਾ ਬੰਦਾ ਆਵੇ ਪੈਸੇ ਲੈ ਜੇ, ਠੀਕ ਹੈ ਜੀ।